वैसे मुंह मामू वर्गा, मामू वर्गा मामू वर्गा। तुसी कुछ कहना चाहोगे? सिंधु साहब अपने महल के मौजद तरीन बंदे है, किसी ने भी अपने इलाके चो कूड़ा नहीं जान देंदे। मामू जी तुसी बड़ा सुनने हो, वो तुहाडा अपना वा, तुसी ओदियां गल्लां ते हसी जा रहे हो। मामू जी माशाल्लाह शर्मीले है, मेकअप करके आए, अल्लाह माफी देवे। लहर च भी नहीं नजर आते, सिवल च जाते हैं नजर आने वास्ते। और कुछ भैन? ये मामू दे भाई दादे दा ऑपरेशन है। अच्छा। ते बाहर हार लैके खड़ा। ओ क्यों ना मार है? मैं कहा मामू यही करना, कहिंदा कामयाब हो गया ते डॉक्टर नूं पा देंगे, नहीं तो फिर दादे नूं पा देंगे। दिलवर साहब तुसी भी दसो, कोई आईडी उईडी इहनू भी दिओ, कोई जुगल शुगल मारो आपां फैसलाबादी आ। फैसलाबादी ते हैगे आ, बरासियां दा इहदी सोभत लगदी आ, कैसा इहदा मूंह आ, भैं च पाटे नहीं बल्ले हुंदे आ। ਇਹ ਕਿਹੜੀ ਗੱਲ ਪਟ ਭਾਏ ਨਾ ਲਾ ਮਾਫੀ ਦੇਵੇ, ਮਦਰੀਸੇ 'ਚ ਨਹੀਂ ਤੁਹਾਡਾ ਸ਼ੋਅ ਕਰਨ ਡਿਆ, ਸਿੱਧੇ ਹੋ ਗਏ ਕਾਲਰ ਉੱਤੋਂ ਐਂ ਖੋਲਿਆ, ਜ਼ਫਰ ਸਪਾਰੀ ਬੈਠਾ ਨਾਲ। ਤੁਸੀਂ ਭਾਏ ਨੇ ਮੇਰੀ ਪ੍ਰੋਪਰ ਬਿਸਤੀ ਕਰ ਰਹੇ, ਮੈਂ ਹਿਸਾਬ ਲਾਇਆ। ਪ੍ਰੋਪਰ ਨਹੀਂ ਬਿਸਤੀ ਕਰ ਰਹੇ, ਬੰਦੇ ਦਾ ਫੇਸ ਦੇ ਹਿਸਾਬ ਨਾਲ ਬਿਸਤੀ ਹੁੰਦੀ ਹੈ। ਆ ਲੈ ਸਿੱਧਾ ਹੋ ਗਿਆ, ਕੀ ਹੋਇਆ? ਪੰਜ ਮਾਰਾਂ ਦਾ ਕਾ ਮੈਂ ਜ਼ੇਨ ਬਣਾਇਆ, ਹੁਣ ਕਿ ਤੁਹਾਨੂੰ ਜੁਗਤਾਂ ਮਾਰਾਂ ਭਾਏ ਨੇ। ਚਲੋ ਫਿਰ ਅੱਜ ਵੇਖਦੇ ਹਾਂ ਕਿੰਨੀਆਂ ਕੁ ਮਾਰਦੇ। ਚਲੋ ਦੇਖ ਲੈਂਦੇ ਹਾਂ, ਚੱਲ ਮਾਰ ਤੂੰ ਮੈਨੂੰ ਜੁਗਤਾਂ ਮਾਰ, ਮੈਂ ਤੈਨੂੰ ਮਾਰਦਾ ਲੈ। ਚਲੋ ਠੀਕ ਹੈ ਭਾਏ, ਤੁਹਾਡਾ ਮੂੰਹ ਇੱਦਾਂ ਵਾ ਜਿੱਦਾਂ ਗੰਦੇ ਪਾਣੀ ਦਾ ਮਾਲਕ ਹੁੰਦਾ। ਤੁਹਾਡਾ ਮੂੰਹ ਵੀ ਇੱਦਾਂ ਵਾ ਲੱਤਾਂ ਵਾਲਾ ਸੱਪ ਹੁੰਦਾ। ਪਹਿਲੀ ਵਾਰੀ ਕਿਸੇ ਨੇ? ਨਹੀਂ 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 ਛੋਟੀ, ਪਹਿਲੀ ਵਾਰੀ, ਦੂਜੀ ਵਾਰੀ ਨਹੀਂ, ਸਿੱਧੀ ਕਰ ਜ਼ਰਾ, ਗਰਾਰਿਆਂ ਦੀ ਚਾਹ ਹੁੰਦੀ। ਪਾਣੀ ਵਾਲਾ ਪੰਪ ਹੁੰਦਾ, 70 ਨੇ ਫੂਸੀ ਮਾਰੀ ਹੁੰਦੀ, ਮਸਰਾਂ ਵਾਲਾ ਪਾਣ ਹੁੰਦਾ, ਵੱਟਿਆਂ ਵਾਲਾ ਸ਼ਵਾਰਮਾ ਹੁੰਦਾ। ਬੋਲਦਾ ਨਹੀਂ ਹੁਣ ਤੂੰ, ਜੁਗਤਾ ਮਾਰਨ ਵਾਸਤੇ ਮੈਨੂੰ ਤਿਆਰ ਹੋਇਆ। ਛੋਟੀਆਂ ਕਿਹੜੀਆਂ? ਘਰ 'ਚ ਲਿਫਟ ਲਵਾਈ ਹੁੰਦੀ। ਮੈਂ ਗੂੰਗਾ ਵਾਂ, ਮੈਂ ਇੰਜੀ ਜੁਗਤ ਕਰਦਾ। ਓਏ ਕਾਨਾ ਛਿੱਲ ਕੇ ਚੂਪਿਆ ਹੁੰਦਾ, ਓਏ ਇਸ਼ਾਰੇ ਨਾਲ ਗਾਣਾ ਸੁਣਾਇਆ ਹੁੰਦਾ ਜੀ। ਕਿਹੜੇ ਨਾਲ? ਓ ਜਿਹੜੇ ਲਾਲ ਇਸ਼ਾਰੇ ਨਾਲ, ਓ ਕਤਰੀਨਾ ਫਸਾਈ ਹੁੰਦੀ ਜੀ ਗੱਲ ਕਰ। ਓਏ ਅਜੇ ਗੱਤੇ ਵਿੱਚ ਗੱਤਾ ਵੇਚਣ ਆਇਆ ਹੁੰਦਾ ਜੀ, ਅੰਡਰ ਪਾਸ 'ਚ ਪੀਂਗਾਂ ਲਾਈਆਂ ਹੁੰਦੀਆਂ। ਓਏ ਮਿੱਥਨ ਨੇ ਕੜੀ ਕੁਲਚੇ ਲਾਏ। ਓਏ ਸਾਊਦ ਗੰਜਾ ਹੁੰਦਾ ਜੀ। ਓਏ ਖਾਨੀ ਨੇ ਡੇੜੇ ਵਾਰ ਰੱਖੇ। ਓਏ ਨਵਾਜ਼ ਨਹੀਂ ਹੁੰਦਾ। ਓਏ ਗੰਜੇ ਨੇ ਜੈਲ ਲਾਈ ਹੁੰਦੀ, ਕੀ ਗੱਲ? ਓਏ ਜੱਜ ਨੂੰ ਦੌਰਾ ਪਿਆ ਹੁੰਦਾ। ਓਏ ਜੱਜ ਆ ਤਾਂ ਗਰੀਬ ਆ, ਘਰੋਂ ਆਲੂ ਗਾਜਰਾਂ ਨਾਲ ਰੋਟੀ ਲੈ ਕੇ ਆਇਆ। ਜੱਜ ਆ ਤੇ ਹੋਰ ਕੀ ਆ? ਇਹਦੇ ਤੇ ਭਾਈ ਇੱਕ ਕੇਸ ਆਇਆ ਤੇ ਵਕੀਲ ਨੇ ਹੀ ਇੰਨੀ ਬਦਤਮੀਜ਼ੀ ਕਰਤੀ, ਉਹਨੇ ਜੱਜ ਆਉਣ ਤੋਂ ਪਹਿਲਾਂ ਹੀ ਫਾਇਲ ਆ ਦਿੱਤਾ। ਜੱਜ ਕਚਹਿਰੀਆਂ ਬੜੇ ਆ ਯਾਰ, ਇਹਦੀ ਬਾਂਹ ਕੱਟੀ ਹੋਈ ਇੱਧਰੋਂ। ਜੱਜ ਕਹਿੰਦਾ ਆ ਕੀ? ਕਹਿੰਦਾ ਜੱਜ ਸਾਹਿਬ ਤੁਹਾਡੇ ਤੋਂ ਪਹਿਲਾਂ ਮੇਰੇ ਨਾਲ ਬਦਤਮੀਜ਼ੀ ਕਰ ਚੁੱਕੇ ਆ। ਐਡੇ ਮਾੜੇ ਘਰ ਦਾ ਜੱਜ, ਹੁਣ ਥੋੜਾ ਨਹੀਂ ਰੱਖਿਆ ਵੱਟਾ ਰੱਖਿਆ ਆ। ਇਹ ਵੀ ਐਡੇ ਮਾੜੇ ਘਰ ਦਾ ਜੱਜ ਤੇ ਬਣ ਗਿਆ, ਲੇਕਿਨ ਹੈ ਹੀ ਬਹੁਤ ਮਾੜੇ ਘਰ ਦਾ। ਤੇ ਫੈਸਲਾ ਸੁਣਾਉਣ ਤੋਂ ਪਹਿਲਾਂ ਕਹਿਣ ਡਿਆ ਮੇਰਾ ਸਾਈਕਲ ਕੋਈ ਬੰਦਾ ਖੜਾ ਕਰੋ, ਨਹੀਂ ਤਾਂ ਮੈਂ ਫੈਸਲਾ ਨਹੀਂ ਸੁਣਾਉਣਾ। ਵਕੀਲ ਵਾ ਇਹ, ਐਸਾ ਵਕੀਲ ਆ, ਇਹਨੂੰ ਕੇਸ ਦਿੱਤਾ ਸੀ। ਅੱਛਾ। ਤੇ ਮੁਲਜ਼ਮਾਂ ਸਵੇਤ ਆਪ ਹੀ ਅੰਦਰ ਹੋ ਗਿਆ। ਉਹ ਕਿਉਂ? ਪਹਿਲੀ ਤਰੀਕ ਸੀ, ਜੱਜ ਨੇ ਪੁੱਠੀਆਂ ਗੱਲਾਂ ਕਰਨ ਲੱਗ ਪਿਆ। ਜੱਜ ਨੇ ਕਿਹਾ ਇਹ ਕਾਹਦਾ ਵਕੀਲ ਆ? ਉਹਨੇ ਕਿਹਾ ਜੈਸਾ ਬਹਿਸ ਕਰ ਰਿਹਾ। ਉਹਨੇ ਕਿਹਾ ਕਿਹਦੀ ਬਹਿਸ ਕਰਨ ਦਿਆ, ਪਿੰਡੋਂ ਆਇਆ। ਬਸ ਬਸ ਯਾਰ, ਮਹੀਨੇ ਬਾਅਦ ਗੱਲ ਕੀਤੀ ਵੀ ਯਾਰ। ਪਹਿਲਾਂ ਵਕੀਲ ਆ, ਮੁਲਜ਼ਮਾਂ ਸਵੇਤ ਆਪ ਹੀ ਅੰਦਰ ਹੋ ਗਿਆ ਯਾਰ। ਅੱਛਾ ਵਿਹਲੇ? ਅੱਛਾ ਹੋ ਗਿਆ ਅੰਦਰ, ਓਕੇ ਹੋ ਗਿਆ। ਇਹ ਵੀ ਨਵਾਂ ਨਵਾਂ ਵਕੀਲ ਬਣਿਆ ਤੇ ਜੱਜ ਨੇ ਹੀ ਇੰਨਾ ਫ੍ਰੀ ਹੋਣ ਡਿਆ, ਉਧਰੋਂ ਆਪਣਾ ਮੌਕ ਬਿਆਨ ਕਰਨ ਡਿਆ ਤੇ ਨਾਲ ਰਿਹੋੜੀਆਂ ਖਾਣ ਡਿਆ। ਜੱਜ ਸਾਹਿਬ ਬੰਦਾ ਫੜੋ, ਇਹ ਬੰਦਾ ਨਾ ਜ਼ਰਾ ਅੱਜ ਤੁਸੀਂ ਵੀ ਫੜੋ ਜ਼ਰਾ। ਜੱਜ ਨਾ ਇੰਨਾ ਫ੍ਰੀ ਆ, ਉਹ ਇਹਨੂੰ ਫਾਂਸੀ ਦੀ ਸਜ਼ਾ ਸੁਣਾਉਣ ਲੱਗਾ ਤੇ ਉਹਨੇ ਆਰਡਰ ਆਰਡਰ ਕੀਤਾ ਤੇ ਉਹਦੇ ਥੋੜ੍ਹੇ ਥੱਲੇ ਬਦਾਮ ਰੱਖਾ। ਇਹ ਵੀ ਜੱਜ ਨਾ ਐਡਾ ਫ੍ਰੀ ਆ, ਯਕੀਨ ਕਰੋ। ਜੱਜ ਉਧਰੋਂ ਫਾਂਸੀ ਦੀ ਸਜ਼ਾ ਸੁਣਾਉਣ ਲੱਗਾ ਵਾ ਤੇ ਜੇਬੀ 'ਚੋਂ ਬਦਾਮ ਕੱਢ ਕੇ ਭੰਨਣ ਡਿਆ। 30 ਰੁਪਏ ਦਾ ਸ਼ਵਾਰਮਾ ਖਾਣ ਚਲ ਗਿਆ। ਉਹਨੂੰ ਕਹਿੰਦਾ ਤੀਆਂ ਦਾ ਸ਼ਵਾਰਮਾ ਲਾ ਦੇ, ਉਹ ਕਹਿੰਦਾ ਤੀਆਂ ਦਾ ਨਹੀਂ ਆਉਂਦਾ, ਕਹਿੰਦਾ ਮਸਲਾਂ ਦਾ ਲਾ ਦੇ। ਉਹਨੇ ਇਹਨੂੰ ਕੁੱਟਿਆ, ਕਹਿੰਦਾ ਤੈਨੂੰ ਅਸਰਾਂ ਨਹੀਂ ਹੁੰਦੀਆਂ, ਨਿਕਲ ਜਾ ਇੱਥੋਂ। ਲਓ ਦੋਸਤੋ, ਸਾਊਦ ਬਾਰ ਸਾਹਿਬ ਆ ਗਏ, ਬਾਕੀ ਵੀਡੀਓ ਤੁਹਾਨੂੰ ਸਾਊਦ ਬਾਰ ਸਾਹਿਬ ਦੇ ਨਾਲ। ਓਕੇ।